ਓ ਸੁੰਦਰ ਮੁੰਦਰੀਆ ਲੈ ਤੇਰਾ ਕੌਣ ਵਿਚਾਰਾ ਆ ਜਾ ਮੇਰਾ ਚਾਚਾ ਪਿਆਰਾ ਆ ਜਾ ਕਿੱਦਾਂ ਆ ਮੈਂ ਚਾਚੇ ਲੋਹੜੀ ਮਨਾਉਣਾ ਆ ਕਿਉਂ ਲੋਹੜੀ ਤੇ ਇਹਨਾਂ ਨਾਰਾਜ਼ ਤੁਰੀ ਫਿਰਦੀ ਹੈ ਨਹੀਂ ਅੱਜ ਦਿਨ ਤਿਉਹਾਰ ਹੈ ਨਾਲੇ ਚਾਚੇ ਕੀ ਗੱਲ ਲੋਹੜੀ ਨਹੀਂ ਮਨਾਉਣ ਦੇ ਓਏ ਭਰਾਵਾ ਲੋਹੜੀ ਮੈਂ ਕੀ ਮਨਾਉਣੀ ਹੈ ਕੱਲ ਦੀ ਮੇਰੀ ਜਨਾਨੀ ਮੇਰੇ ਨਾਲ ਨਾਰਾਜ਼ ਆ ਮੈਂ ਹਾਲੇ ਤੱਕ ਉਹਨੂੰ ਨਹੀਂ ਮਨਾ ਸਕਿਆ ਲੋਹੜੀ ਕੀ ਮਨਾਊਂਗਾ ਮੈਂ ਹੈਂ ਨਹੀਂ ਚਾਚੀ ਨੂੰ ਕੀ ਜਾ ਪੈ ਗਿਆ ਹੋਣਾ ਕੀ ਆ ਕੱਲ ਸਵੇਰੇ 4:30 ਦਾ ਟਾਈਮ ਆ ਮੈਨੂੰ ਆਵਾਜ਼ ਆਈ ਚਾਚਾ ਮੈਂ ਕਿਹਾ ਫਿਟੇ ਮੂੰਹ ਮੈਂ ਤੇਰਾ ਚਾਚਾ ਲੱਗਦਾ ਕਹਿੰਦੀ ਲੈ ਸਾਰੀ ਦੁਨੀਆ ਕਹਿੰਦੀ ਬੜਾ ਖੁਸ਼ ਹੁੰਦਾ ਹੈਂ ਜੇ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਤਿਆਗ ਲੱਗ ਗਈ ਆ ਮੈਂ ਕਿਹਾ ਕਮਾਲ ਆ ਗੱਲ ਕੀ ਹੈ ਵਿੱਚੋਂ ਅਖੇ ਉਹ ਹੈਂਡ ਪੰਪ ਬਾਹਰ ਜਿਹੜਾ ਲੱਗਾ ਨਲਕੇ ਤੇ ਮੈਂ ਪਾਣੀ ਦੀ ਬਾਲਟੀ ਭਰ ਕੇ ਆਈ ਆ ਤੂੰ ਉਹ ਚੱਕ ਕੇ ਗੁਸਲਖਾਨੇ 'ਚ ਰੱਖ ਦੇ ਮੈਂ ਕੱਪੜੇ ਧੋਣੇ ਆ ਮੈਂ ਕਹਿੰਦਾ ਤੂੰ ਆਪ ਚੱਕ ਲੈ ਤੈਨੂੰ ਕੀ ਤਕਲੀਫ ਆ ਹਾਏ ਮੇਰੇ ਗੋਡੇ ਪੀੜ ਹੁੰਦੇ ਆ ਜਿਹੜਾ ਚੱਕ ਕੇ ਅੰਦਰ ਰੱਖਦੇ ਮੈਂ ਕਿਹਾ ਲੈ ਖਾਂਦੀ ਪੀਂਦੀ ਨੂੰ ਪੀਣਾ ਹੀ ਪਈਆਂ ਰਹਿੰਦੀਆਂ ਹੈਂ ਕੀ ਖਾ ਲਿਆ ਮੈਂ ਤੇਰੇ ਘਰ ਦਾ ਕਹਿੰਦੀ ਹੈਂ ਮੈਂ ਕਿਹਾ ਤੂੰ ਕੀ ਨਹੀਂ ਖਾਧਾ ਫਰੂਟ ਤੂੰ ਖਾਂਦੀ ਆ ਸਬਜ਼ੀਆਂ ਤੂੰ ਖਾਂਦੀ ਆ ਡਰਾਈ ਫਰੂਟ ਤੂੰ ਖਾਂਦੀ ਆ ਜਦੋਂ 60 ਰੁਪਏ ਕਿਲੋ ਗੰਢੇ ਸੀ ਤੂੰ ਖਾ ਗਈ ਸਾਰੇ ਗੰਢੇ ਕਮਾਲ ਕਰਦੀ ਕੀ ਨਹੀਂ ਖਾਂਦੀ ਤੂੰ ਕਹਿੰਦੀ ਸ਼ਰਮ ਕਰਵੇ ਲੋਕਾਂ ਦੇ ਆਦਮੀ ਇੰਨਾ ਖਵਾਉਂਦੇ ਆ ਮੈਂ ਕੀ ਖਾ ਲਿਆ ਮੈਂ ਕਿਹਾ ਗੱਲ ਸੁਣ ਮੈਨੂੰ ਹੁਣ ਚੇਤੇ ਆਇਆ ਵੀ ਜਦੋਂ ਵੀ ਸਾਡੇ ਘਰ 'ਚ ਬੱਚਾ ਹੋਇਆ ਮੈਂ ਤੈਨੂੰ 25 ਕਿਲੋ ਘੇ ਖਾਸ ਸ਼ੁੱਧ ਕੇ ਤੈਨੂੰ ਖਵਾਇਆ 75 ਕਿਲੋ ਤੂੰ ਕੇ ਖਾ ਗਈ ਹਲੇ ਕਹਿੰਦੀ ਖਵਾਏ ਕੱਕਣੀ ਸ਼ਰਮ ਕਰਵੇ ਇਹੋ ਜਿਹਾ ਨਲਾਇਕ ਮਰਦ ਵੀ ਕਿਸੇ ਦਾ ਨਾ ਹੋਵੇ ਜੇ ਮੈਂ 75 ਕਿਲੋ ਕੇ ਖਾਧਾ ਨਾ ਘਰ 'ਚ ਝਾਤੀ ਮਾਰ ਮੈਂ 3 ਸ਼ੇਰ ਜਮੇ 3 ਸ਼ੇਰ ਤੈਨੂੰ ਮੈਂ 2 ਕੁਇੰਟਲ ਦੇਸੀ ਘੇ ਖਵਾਨੀ ਆ ਤੂੰ ਮੈਨੂੰ ਇੱਕ ਬਿੱਲੀ ਦਾ ਬਲੂੰਗੜਾ ਹੀ ਚਮ ਕੇ ਵਿਖਾ ਏਦਾਂ ਤਾਂ ਮੈਨੂੰ ਪੁੱਛਦੀ ਆ ਅਜੇ ਗੱਲ ਸੁਣ ਇਹ ਗੱਲਾਂ ਚੱਲਦੀਆਂ ਰਹਿਣਗੀਆਂ ਤੂੰ ਆ ਬਾਲਣ ਆ ਲੱਕੜਾਂ ਅੱਗੇ ਕਰ ਹਾਂ ਇਕੱਠੀਆਂ ਆਪਾਂ ਸ਼ਗਨ ਤਾਂ ਕਰੀਏ ਬਾਲੀਏ ਲੋੜੀ ਚੱਲ ਚੱਲ ਚਲੋ ਚੱਕ ਚੱਕ ਲਓ ਜੀ ਚਾਚਾ ਜੀ ਹਾਂ ਲੋਹੜੀ ਤਾਂ ਹੋ ਗਈ ਆਪਣੀ ਤਿਆਰ ਮੁਬਾਰਕਾਂ ਚਾਚਾ ਜੀ ਓਏ ਹੋਏ ਬੱਲੇ ਬੱਲੇ ਕੁਗੀ ਹਾਂਜੀ ਤੂੰ ਇਹਨਾਂ ਨੂੰ ਜਾਣਦਾ ਨਹੀਂ ਅੱਜ ਦੇ ਸਾਡੇ ਲੋਹੜੀ ਦੇ ਸ਼ੁਭ ਮੌਕੇ ਤੇ ਸਾਡੇ ਇਲਾਕੇ ਦੇ ਸਭ ਨਾਲੋਂ ਮੰਨੇ ਪਰਮੰਨੇ ਲੀਡਰ ਝੰਡਾ ਮਾਲ ਜੀ ਆਏ ਆ ਪੈਰੀ ਪੈਣਾ ਕਰ ਮੁਬਾਰਕਾਂ ਜੀ ਲੋਹੜੀ ਦੀ ਮੁਬਾਰਕਾਂ ਬਈ ਬਹੁਤ ਮੁਬਾਰਕਾਂ ਜੀ ਬਹੁਤ ਮੁਬਾਰਕਾਂ ਚਾਚਾ ਜੀ ਕਿੰਨੀ ਖੁਸ਼ੀ ਦੀ ਗੱਲ ਹੈ ਜੀ ਆਪਣੇ ਮਾਣਯੋਗ ਲੀਡਰ ਸਾਹਿਬ ਵੀ ਆ ਗਏ ਆ ਤੇ ਮੈਂ ਕਹਿੰਦਾ ਲੋਹੜੀ ਬਾਲਣ ਦਾ ਸ਼ਗਨ ਆਪਾਂ ਕਰ ਹੀ ਲਈਏ ਕਰੋ ਤੁਸੀਂ ਰੁਕੋ ਚਾਚੇ ਮੈਂ ਮਾਚਿਸ ਲੈ ਕੇ ਆਇਆ ਓਏ ਬਹਿ ਜਾ ਵੱਡਾ ਸਿਆਣਾ ਮਾਚਿਸ ਦੀ ਤਾਂ ਲੋੜ ਹੀ ਕੋਈ ਨਹੀਂ ਲੋੜੀ ਨਹੀਂ ਬਾਲਣੀ ਮੈਂ ਤੈਨੂੰ ਦੱਸਦਾ ਲੀਡਰ ਸਾਹਿਬ ਇੱਕ ਭਾਸ਼ਣ ਦਾ ਦਿਆ ਜੇ ਕਮਾਲ ਹੈ ਮੇਰੇ ਭਾਸ਼ਣ ਨਾਲ ਤੁਹਾਡੀ ਲੋੜੀ ਕਿੱਦਾਂ ਬਾਲ ਜੂ ਬੱਲੇ ਲੀਡਰ ਸਾਹਿਬ ਓਏ ਤੁਹਾਡੇ ਵਰਗੇ ਲੀਡਰਾਂ ਦਾ ਇੱਕ ਭਾਸ਼ਣ ਪੂਰੇ ਦੇਸ਼ 'ਚ ਅੱਗਾ ਲਾ ਦਿੰਦਾ ਨਾ 4 ਲੱਕੜਾਂ ਨੂੰ ਅੱਗ ਨਾ ਲਾਊ ਰੇੜੀਆਂ ਖਾਈ ਜਾਂਦਾ ਇੰਨੀ ਇਹ 'ਚ ਖਾਂਡਾ ਰਾਤੀ ਤੈਨੂੰ ਕਾਢਿਆਂ ਨੇ ਚੱਕ ਕੇ ਲੈ ਜਾਣਾ ਜੀ ਤਾਜ਼ੀ ਤਾਜ਼ੀ ਗਰਮ ਗਰਮ ਆਏ ਹਾਏ ਆਖਾ ਪਕੌੜਾ ਕਾਹਦੇ ਪਕੌੜੇ ਕੱਢ ਲਿਆ ਚਾਚਾ ਜੀ ਉਹ ਪਕੌੜੇ ਕਾਕਾ ਇਹ ਬਹੁਤ ਸਵਾਦ ਆ ਆ ਕੀ ਆ ਕੱਦੂ ਦਾ ਪਕੌੜਾ ਕੀ ਆ ਕੱਦੂ ਦਾ ਪਕੌੜਾ ਖਾ ਉਹ ਮੇਰੇ ਕਦੀ ਜ਼ਿੰਦਗੀ 'ਚ ਸੁਣਿਆ ਨਹੀਂ ਕੀ ਆ ਕੱਦੂ ਦਾ ਪਕੌੜਾ ਘੀਏ ਦੇ ਪਕੌੜੇ ਵੀ ਖਾਂਦਾ ਕੋਈ ਪਰੇ ਕਰੋ ਮੇਰੇ ਕੋਲੋਂ ਉਹ ਤੂੰ ਸੁਣਿਆ ਕਿ ਨਹੀਂ ਆ ਵੇਖ ਤਾਂ ਸਹੀ ਆਖਾ ਉਹ ਮੇਰੇ ਨਾਲ ਗੱਲ ਨਾ ਕਰੋ ਮੈਂ ਨਹੀਂ ਖਾਣੇ ਕੀ ਆ ਕੱਦੂ ਦੇ ਪਕੌੜੇ ਕਮਾਲ ਦੀ ਗੱਲ ਹੈ ਦੱਸ ਉਹ ਐਡੇ ਚਾਹ ਨਾਲ ਅਸੀਂ ਬਣਾਏ ਆ ਉਹ ਛੱਡ ਆ ਮੂਹਰੀ ਛੱਡ ਆਖਾ ਆ ਗਰਮ ਗਰਮ ਉਹ ਮੈਂ ਖਾਣਾ ਚਾਹ ਜੇ ਕੋ ਅੱਜ ਤੱਕ ਕੀ ਆ ਕੱਦੂ ਦੇ ਪਕੌੜੇ ਵੀ ਖਾਂਦਾ ਤੁਸੀਂ ਸੁਣਿਆ ਵੇਖੇ ਮੈਂ ਨਹੀਂ ਖਾਣਾ ਖੋਣਾ ਕੀ ਆ ਕੱਦੂ ਦਾ ਪਕੌੜਾ ਤੂੰ ਮੇਰਾ ਭਤੀਜਾ ਨਹੀਂ ਫਿਰ ਤੂੰ ਚਾਚੇ ਦਾ ਕਹਿਣਾ ਨਹੀਂ ਮੰਨਣਾ ਉਹ ਤੇਰੇ ਲਈ ਖਾਸ ਤੌਰ ਤੇ ਮੈਂ ਬਣਾਇਆ ਦੇਖ ਖਾ ਕੇ ਆਹਾ ਕੀ ਭਤੀਜੇ ਦਾ ਵਾਸਤਾ ਪਾ ਦਿੰਦੇ ਤੁਸੀਂ ਵਿੱਚ ਮੈਂ ਕਦੀ ਖਾਧਾ ਨਹੀਂ ਕੀ ਆ ਕੱਦੂ ਦਾ ਪਕੌੜਾ ਉਹ ਏਡਾ ਰੋਂਡਿਆ ਸ਼ਰਮ ਨਹੀਂ ਆਉਂਦੀ ਖਾ ਇਹ ਕੱਦੂ ਦਾ ਪਕੌੜਾ
ਆ ਮੈਂ ਤੈਨੂੰ ਹੋਰ ਖਵਾਨਾ, ਚੱਲ ਚੱਲ ਆਹਾ। ਉਹ ਤੇਰਾ ਪਲਾ ਹੋ ਜਾਏ ਮੇਰੇ ਹੱਥ ਸੜ ਗਏ, ਤੇਰਾ ਨਖਰਾ ਹੀ ਨਹੀਂ ਮਾਣ। ਆ ਲਖਾ ਆ ਲਖਾ, ਫੂਕਾ ਮਾਰ ਮਾਰ ਕੇ ਖਾ, ਉਦਾਂ ਹੀ ਖਾਈ ਖਾਣ ਡਿਆ। ਬੜਾ ਚਿਰਾਗ ਸਵਾਦ ਬੜੇ ਲੱਗੇ ਤੈਨੂੰ। ਇੱਕ ਹੋਰ ਗੱਲ ਸੁਣੋ, ਇਹ ਸਾਰੇ ਮੈਨੂੰ ਖਵਾਈ ਜਾਣ ਦੇ ਬੜੇ ਸੁਕੀਮੀ ਹੈਗੇ ਹੋ, ਆਪ ਕਿਉਂ ਨਹੀਂ ਖਾਂਦੇ ਪਏ? ਘੀਆ ਕੱਦੂ ਦਾ ਪਕੌੜਾ ਆ ਫੜੋ, ਮੇਰੇ ਕਹਿਣ ਤੇ ਇੱਕ ਘੀਆ ਕੱਦੂ ਦਾ ਪਕੌੜਾ ਤੁਸੀਂ ਵੀ ਖਾਓ। ਓਏ ਦਫਾ ਕਰ, ਇਹ ਕੋਈ ਬੰਦਿਆਂ ਦੇ ਖਾਣ ਦੀ ਚੀਜ਼ ਹੈ? ਆਹਾਹਾਹਾ। ਵੈਸੇ ਚਾਚਾ ਜੀ, ਅੱਜ ਕਿੰਨਾ ਖੁਸ਼ੀ ਵਾਲਾ ਦਿਨ ਮੇਰੇ ਵਾਸਤੇ। ਵਾਹ, ਕਿ ਅੱਜ ਮੈਂ ਤੁਹਾਡੇ 'ਚ ਬਹਿ ਕੇ ਲੋਹੜੀ ਮਨਾ ਰਿਹਾ, ਵਰਨਾ ਤੁਹਾਨੂੰ ਪਤਾ ਪਿਛਲੀ ਲੋਹੜੀ 'ਤੇ ਤਾਂ ਮੈਂ ਅਮਰੀਕਾ ਸਾਂ, ਬਹੁਤ ਯਾਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਉੱਥੇ। ਬਿਲਕੁਲ, ਉਹ ਲੋਹੜੀ 'ਤੇ ਮੈਂ ਬਹੁਤ ਮੁਸ਼ਕਿਲ ਮਨਾਈ ਚਾਚਾ ਜੀ। ਮੈਂ ਤੁਹਾਨੂੰ ਪਤਾ ਕੈਲੀਫੋਰਨੀਆ ਦੇ ਵਿੱਚ ਇਕੱਲਾ ਉੱਥੇ ਸਟੋਰ 'ਤੇ ਕੰਮ ਕਰਦਾ ਸੀ, ਕੋਈ ਸੰਗੀ ਸਾਥੀ ਨਹੀਂ ਮੇਰਾ। ਮੈਂ ਆਖਾਂ ਇਹਨਾਂ ਗੋਰਿਆਂ ਨੂੰ ਕੀ ਪਤਾ, ਉਹ ਅੱਜ ਲੋਹੜੀ ਦਾ ਤਿਉਹਾਰ ਹੈ, ਅਸੀਂ ਕਿੱਦਾਂ ਮਨਾਈ ਦੀ ਲੋਹੜੀ ਹੈ। ਮੇਰਾ ਜੀ ਕੀਤਾ ਚਾਚਾ, ਮੈਂ ਅੱਜ ਲੋਹੜੀ ਮੰਗਣ ਜਾਵਾਂ। ਅੱਛਾ, ਅਤੇ ਮੈਨੂੰ ਉੱਥੇ ਸਾਥੀ ਕੋਈ ਨਾ ਲੱਭੇ, ਇਕੱਲਾ ਤਾਂ ਬੰਦਾ ਲੋਹੜੀ ਨਹੀਂ ਮੰਗ ਸਕਦਾ। ਬਿਲਕੁਲ, ਇੱਕ ਜਣਾ ਸੁੰਦਰ ਮੁੰਦਰੀਏ ਕਰੇ, ਦੂਜਾ ਹੋ ਕਰੇ। ਵਾਹ, ਉਹ ਤੇ ਸਟੋਰ ਤੇ ਨਾਲ ਹੀ ਇੱਕ ਅੰਗਰੇਜ਼ ਕੰਮ ਕਰਦਾ ਸੀ, ਇੱਕ ਝੁੱਡੂ ਜਿਹਾ ਅੰਗਰੇਜ਼। ਮੈਂ ਚਲੋ ਇਹਨੂੰ ਨਾਲ ਲਾਓ, ਮੈਂ ਚੱਲ ਵੀ ਗੋਰਿਆ ਆ ਚੱਲੀਏ ਜਰਾ। ਆਇਆ ਜਰਾ, ਆਹੋ ਕਹਿੰਦਾ ਕਿੱਧਰ ਜਾਣਾ ਹੈ? ਮੈਂ ਕਿੱਧਰ ਕੀ ਜਾਣਾ ਆਪਾਂ, ਮੈਂ ਲੋਹੜੀ ਮੰਗ ਕੇ ਵਾਪਸ ਆ ਜਾਣਾ, ਚਲੋ ਚੱਲੀਏ। ਅੱਛਾ, ਕਹਿੰਦਾ ਕਰਨਾ ਕੀ ਹੈ ਉੱਥੇ ਜਾ ਕੇ? ਮੈਂ ਕਰਨਾ ਕੀ ਹੈ? ਮੈਂ ਆਖਾਂਗਾ ਸੁੰਦਰ ਮੁੰਦਰੀਏ ਤਾਂ ਤੂੰ ਆਖੀ ਹੋ, ਬੜਾ ਸੌਖਾ ਕੰਮ ਹੈ। ਕੰਮ ਹੀ ਕੋਈ ਨਹੀਂ, ਓਕੇ ਆਪਾਂ ਚਲੇ ਗਏ। ਪੰਜਾਬੀਆਂ ਦੀ ਕਲੋਨੀ ਉੱਥੇ ਬੜੀ ਵਧੀਆ ਵਸੀ ਹੋਈ ਆਪਣੀ ਹੈ, ਆਹੋ ਉੱਥੇ ਜਾ ਕੇ ਆਪਾਂ ਲੋਹੜੀ ਮੰਗਣੀ ਸ਼ੁਰੂ ਕਰ ਦਿੱਤੀ। ਮੈਂ ਕਿਹਾ ਸੁੰਦਰ ਮੁੰਦਰੀਏ, ਕਹਿੰਦਾ ਹਾਂ। ਮੈਂ ਕਿਹਾ ਤੇਰਾ ਕੌਣ ਵਿਚਾਰਾ ਹੈ ਜੁਲਾ ਪੱਠੀ ਵਾਲਾ? ਮੈਂ ਕਿਹਾ ਹਾਂ। ਕਰ ਕਰਾ ਕੇ ਜੀ ਆਪਾਂ ਦੋਵਾਂ ਘੰਟਿਆਂ 100 ਡਾਲਰ ਇਕੱਠਾ ਕਰ ਲਿਆ। ਬੱਲੇ 100 ਡਾਲਰ? ਹਾਂ। ਅੱਛਾ, ਜਦੋਂ ਲੋਹੜੀ ਮੰਗ ਕੇ ਵਾਪਸ ਆਏ, ਅੰਗਰੇਜ਼ ਬੜਾ ਹੈਰਾਨ, ਕਹਿੰਦਾ 2 ਘੰਟਿਆਂ 'ਚ ਕਹਿੰਦਾ ਤੂੰ 100 ਡਾਲਰ ਇਕੱਠਾ ਕਰ ਲਿਆ? ਮੈਂ ਤੇ ਇਹੀ ਤੇ ਸਾਡੀ ਲੋਹੜੀ ਦੀ ਖਾਸੀਅਤ ਹੈ, ਅੱਜ ਦੇ ਦਿਨ ਕੋਈ ਨਾ ਨਹੀਂ ਕਰਦਾ। ਠੀਕ, ਤੇ ਮੈਂ ਆਲਾ ਫੜ ਆਪਣਾ ਹਿੱਸਾ, 100 ਡਾਲਰ 1 ਡਾਲਰ ਕੱਢ ਕੇ ਮੈਂ ਉਹਨੂੰ ਫੜਾਤਾ। 1 ਡਾਲਰ? ਉਹ ਵੀ ਏਦਾਂ ਹੀ ਹੈਰਾਨ ਹੋਇਆ, ਕਹਿੰਦਾ 100 ਡਾਲਰਾਂ 'ਚੋਂ ਮੈਨੂੰ ਇੱਕੋ ਹੀ ਡਾਲਰ? ਕਹਿੰਦਾ ਤੂੰ 99 ਡਾਲਰ ਕਿਉਂ ਰੱਖੇਗਾ? ਮੈਂ ਦਵਾ ਹੋ ਜਾ ਇੱਥੋਂ, ਹੈਂ, ਉਹ ਸੁੰਦਰ ਮੁੰਦਰੀਏ ਤੇ ਸਾਡੀ ਹੀ, ਤੇਰੀ ਦੇ ਵਿੱਚ ਹੋ ਹੀ ਸੀ।